ਸਤਿ ਸ਼੍ਰੀ ਅਕਾਲ ਫਰੈਂਡ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅਤੇ ਅੱਜ ਆਪਾਂ ਫਰੈਂਡ ਬਣਾਵਾਂਗੇ ਬੈਂਗਣ ਦਾ ਭੜਥਾ, ਮਤਲਬ ਬਤਾਊਆਂ ਦਾ ਭੜਥਾ। ਅਤੇ ਭੜਥਾ ਬਣਾਉਣ ਵਾਸਤੇ ਆਪਾਂ ਜੀ ਅੱਧਾ ਕੁ ਕਿਲੋ ਬੈਂਗਣ ਲਿੱਤੇ ਨੇ, ਅਤੇ ਮੈਂ ਜੀ ਭੜਥਾ ਉਬਾਲ ਕੇ ਬਣਾਉਂਦੀ ਹਾਂ, ਅਤੇ ਮੈਂ ਭੁੰਨ ਕੇ ਨਹੀਂ ਬਣਾਉਂਦੀ। ਵੈਸੇ ਭੁੰਨ ਕੇ ਜ਼ਿਆਦਾ ਟੇਸਟੀ ਬਣਦਾ, ਸਾਰਿਆਂ ਨੂੰ ਭੁੰਨਿਆ ਹੋਇਆ ਟੇਸਟੀ ਲੱਗਦਾ। ਅਤੇ ਪਹਿਲਾਂ ਅਸੀਂ ਭੁੰਨ ਕੇ ਹੀ ਬਣਾਉਂਦੇ ਹੁੰਦੇ ਸੀਗੇ, ਅਤੇ ਇੱਕ ਵਾਰੀ ਬਹੁਤ ਹੀ ਵਧੀਆ ਸੀਗੇ ਬੈਂਗਣ, ਐਨ ਸਾਫ਼ ਸੁਥਰੇ ਬਿਲਕੁਲ ਵੀ। ਅਤੇ ਆਹੀ ਦਿਨ ਸੀ ਸੀਜ਼ਨ ਦੇ, ਅਤੇ ਬੈਂਗਣ ਅਸੀਂ ਲਿੱਤੇ ਅਤੇ ਉਹਨਾਂ ਨੂੰ ਭੁੰਨ ਕੇ ਜੀ ਭੜਥੇ ਦੀ ਤਿਆਰੀ ਆਪਾਂ ਕਰ ਲਈ। ਅਤੇ ਜਦੋਂ ਆਪਾਂ ਉਹਨੂੰ ਮਤਲਬ ਕਿ ਭੁੰਨਣ ਤੋਂ ਬਾਅਦ ਬੈਂਗਣ ਨੂੰ ਆਪਾਂ ਚੈੱਕ ਕੀਤਾ, ਅਤੇ ਉਹਦੇ ਵਿੱਚ ਬਹੁਤ ਮੋਟੀ ਜੀ ਸੁੰਡੀ ਨਿਕਲੀ। ਅਤੇ ਉਸ ਤੋਂ ਬਾਅਦ ਜੀ ਸਾਡਾ ਨਾ ਮਨ ਮਤਲਬ ਕਾਫ਼ੀ ਜ਼ਿਆਦਾ ਨਾ ਦੇਖ ਕੇ ਖਰਾਬ ਜਿਹਾ ਹੋ ਗਿਆ, ਅਤੇ ਕਿੰਨਾ ਚਿਰ ਅਸੀਂ ਫਿਰ ਭੜਥਾ ਵੀ ਨਹੀਂ ਬਣਾਇਆ ਹੈਗਾ। ਅਤੇ ਫਿਰ ਉਸ ਤੋਂ ਬਾਅਦ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਇੱਦਾਂ ਉਬਾਲ ਕੇ ਬਣਾ ਲਿਆ ਕਰੋ, ਉਬਾਲ ਕੇ ਵੀ ਬਹੁਤ ਜ਼ਿਆਦਾ ਟੇਸਟੀ ਬਣਦਾ। ਅਤੇ ਫਿਰ ਅਸੀਂ ਉਦੋਂ ਦੇ ਉਬਾਲ ਕੇ ਹੀ ਬਣਾਉਂਦੇ ਹਾਂ, ਭਾਵੇਂ ਜਿੰਨਾ ਮਰਜ਼ੀ ਸਾਫ਼ ਸੁਥਰਾ ਬੈਂਗਣ ਹੋਵੇ, ਬਸ ਮੈਨੂੰ ਵਹਿਮ ਹੈ। ਅਤੇ ਫਿਰ ਮੈਂ ਭੁੰਨ ਕੇ ਨਹੀਂ ਬਣਾਉਂਦੀ, ਅਤੇ ਮੈਂ ਉਬਾਲ ਕੇ ਉਦੋਂ ਦੇ ਬਣਾਉਂਦੀ ਹਾਂ। ਅਤੇ ਉਬਾਲ ਕੇ ਵੀ ਬਹੁਤ ਹੀ ਜ਼ਿਆਦਾ ਟੇਸਟੀ, ਬਿਲਕੁਲ ਉੱਦਾਂ ਵਰਗਾ ਹੀ ਟੇਸਟੀ ਆਉਂਦਾ ਜਿੱਦਾਂ ਆਪਾਂ ਭੁੰਨ ਕੇ ਬਣਾਉਂਦੇ ਹਾਂ। ਅਤੇ ਆਹ ਬੈਂਗਣ ਮੈਂ ਸਾਰੇ ਕੱਟ ਕੁੱਟ ਕੇ ਜੀ ਕੁੱਕਰ ਦੇ ਵਿੱਚ ਇੱਕ ਸੀਟੀ ਲਵਾ ਲਈ ਸੀ, ਪਾਣੀ ਪਾ ਕੇ ਅੱਧਾ ਕੁ ਗਲਾਸ। ਅਤੇ ਹੁਣ ਜੀ ਮੈਂ ਚੁੱਲ੍ਹੇ ਦੇ ਵਿੱਚ ਅੱਗ ਮਚਾ ਕੇ, ਅਤੇ ਕੜਾਹੀ ਰੱਖਤੀ ਹੈ ਚੁੱਲ੍ਹੇ ਦੇ ਉੱਪਰ ਆਪਾਂ, ਅਤੇ ਅੱਜ ਆਪਾਂ ਬਣਾਵਾਂਗੇ ਜੀ ਮਟਰਾਂ ਵਾਲਾ ਭੜਥਾ। ਅਤੇ ਤੇਲ ਵੀ ਆਪਾਂ ਪਾਤਾ ਕੜਾਹੀ ਦੇ ਵਿੱਚ ਗਰਮ ਹੋਣ ਵਾਸਤੇ, ਅਤੇ ਤੇਲ ਆਪਣਾ ਗਰਮ ਹੋ ਗਿਆ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਕੱਟੇ ਹੋਏ, ਅਤੇ ਮੈਂ ਇਹਦੇ ਵਿੱਚ ਲਸਣ ਵੀ ਨਹੀਂ ਪਾਉਂਦੀ। ਅਤੇ ਜੇ ਤੁਸੀਂ ਚਾਹੋ ਤਾਂ ਲਸਣ ਵੀ ਪਾ ਸਕਦੇ ਹਾਂ, ਅਤੇ ਮੈਨੂੰ ਨਹੀਂ ਵਧੀਆ ਲੱਗਦਾ, ਅਤੇ ਮੈਂ ਇਸ ਕਰਕੇ ਨਹੀਂ ਪਾਇਆ ਹੈਗਾ। ਅਤੇ ਪਿਆਜ਼ਾਂ ਨੂੰ ਆਪਾਂ ਥੋੜ੍ਹੀ ਦੇਰ ਭੁੰਨ ਲਾਂਗੇ। ਪਿਆਜ਼ ਭੁੰਨਣ ਤੋਂ ਬਾਅਦ ਅਤੇ ਉੱਧਰ ਆਪਾਂ ਜੀ ਟਮਾਟਰ ਅਤੇ ਅਦਰਕ ਅਤੇ ਹਰੀ ਮਿਰਚ ਵੀ ਕੱਟ ਕੇ ਰੱਖੀ ਹੋਈ ਹੈ, ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਹਰੀ ਮਿਰਚ। ਅਤੇ ਹਰੀ ਮਿਰਚ ਵੀ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗ ਪਾ ਸਕਦੇ ਹੋ। ਅਤੇ ਮੋਟਾ ਮੋਟਾ ਆਪਾਂ ਥੋੜ੍ਹਾ ਜਿਹਾ ਅਦਰਕ ਕੱਟਿਆ ਹੋਇਆ ਸੀ, ਅਦਰਕ ਵੀ ਪਾਤਾ। ਅਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ। ਅਤੇ ਹੁਣ ਜੀ ਪਹਿਲਾਂ ਮੈਂ ਪਾ ਦਾਂਗੀ ਮਟਰ ਧੋਤੇ ਹੋਏ। ਮਟਰਾਂ ਨੂੰ ਵੀ ਪਿਆਜ਼ਾਂ ਨਾਲ ਥੋੜ੍ਹਾ ਜਿਹਾ ਭੁੰਨ ਲਾਂਗੀ ਨਾ, ਕਿ ਮਟਰ ਫਿਰ ਚੰਗੀ ਤਰ੍ਹਾਂ ਪੱਕ ਜਾਣਗੇ, ਕੱਚੇ ਨਹੀਂ ਰਹਿਣਗੇ। ਅਤੇ ਨਾਲ ਹੀ ਹੁਣ ਮੈਂ ਪਾ ਦਾਂਗੀ ਟਮਾਟਰ ਇਹਦੇ ਵਿੱਚ, ਅਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰਿਆਂ ਨੂੰ। ਅਤੇ ਥੋੜ੍ਹਾ ਜਿਹਾ ਮੈਂ ਪਾ ਦਾਂਗੀ ਲੂਣ। ਲੂਣ ਪਾਉਣ ਤੋਂ ਬਾਅਦ ਥੋੜ੍ਹੀ ਜਿਹੀ ਆਪਾਂ ਪਾ ਦਾਂਗੇ ਹਲਦੀ। ਅਤੇ ਕਈ ਲੋਕ ਭੜਥੇ ਦੇ ਵਿੱਚ ਹਲਦੀ ਨਹੀਂ ਵੀ ਪਾਉਂਦੇ, ਅਤੇ ਉਹਨਾਂ ਨੂੰ ਲੱਗੂਗਾ ਵੀ ਹਲਦੀ ਕਿਉਂ ਪਾਈ ਹੈ। ਅਤੇ ਮੈਨੂੰ ਹਲਦੀ ਦਾ ਮਤਲਬ ਕਲਰ ਵਧੀਆ ਲੱਗਦਾ ਜੀ, ਮੈਂ ਇਸ ਕਰਕੇ ਪਾਈ ਹੈ ਹਲਦੀ। ਅਤੇ ਹੁਣ ਆਪਾਂ ਪਾਤੀ ਹੈ ਜੀ ਲਾਲ ਮਿਰਚ, ਗਰਮ ਮਸਾਲਾ ਵੀ ਪਾਤਾ ਸੀ ਮੈਂ। ਅਤੇ ਹੁਣ ਥੋੜ੍ਹੀ ਜਿਹੀ ਆਪਾਂ ਪਾਤੀ ਹੈ ਦੇਗੀ ਮਿਰਚ ਕਲਰ ਬਣਾਉਣ ਵਾਸਤੇ। ਅਤੇ ਹੁਣ ਇਹਨੂੰ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ, ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਜੀ ਮਿਕਸ ਕਰ ਲਵਾਂਗੇ। ਮਿਕਸ ਕਰਨ ਤੋਂ ਬਾਅਦ ਅਤੇ ਫਿਰ ਇਹਨਾਂ ਨੂੰ ਹੁਣ ਆਪਾਂ ਥੋੜ੍ਹੀ ਦੇਰ ਲਈ ਢੱਕ ਕੇ ਰੱਖ ਦਾਂਗੇ, ਕਿ ਜਿਹੜੇ ਆਪਣੇ ਮਟਰ ਅਤੇ ਟਮਾਟਰ ਚੰਗੀ ਤਰ੍ਹਾਂ ਗਲ ਜਾਣ। ਇਹਨਾਂ ਨੂੰ ਫਿਰ ਚੰਗੀ ਤਰ੍ਹਾਂ ਆਪਾਂ ਪਕਾ ਲਾਂਗੇ। ਅਤੇ ਹੁਣ ਇਹਨੂੰ ਮੈਂ ਜੀ ਢੱਕ ਕੇ ਰੱਖ ਦਾਂਗੀ ਥੋੜ੍ਹੀ ਦੇਰ ਲਈ। ਅਤੇ ਹੁਣ ਆਪਾਂ ਜੀ ਚੈੱਕ ਕਰਾਂਗੇ, ਆਪਣੇ ਟਮਾਟਰ ਅਤੇ ਮਟਰ ਚੰਗੀ ਤਰ੍ਹਾਂ ਜੀ ਗਲ ਚੁੱਕੇ ਨੇ, ਮੈਂ ਚੈੱਕ ਕਰ ਲਏ ਸੀਗੇ। ਅਤੇ ਹੁਣ ਮੈਂ ਪਾਉਣ ਲੱਗੀ ਹਾਂ ਥੋੜ੍ਹੀ ਜਿਹੀ ਕਸੂਰੀ ਮੇਥੀ, ਹੱਥਾਂ ਨਾਲ ਥੋੜ੍ਹੀ ਜਿਹੀ ਮਸਲ ਕੇ ਪਾਤੀ ਹੈ ਮੈਂ। ਅਤੇ ਇਸ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਜੀ ਜਿਹੜੇ ਬੈਂਗਣ ਆਪਾਂ ਉਬਾਲ ਕੇ ਰੱਖੇ ਸੀਗੇ। ਅਤੇ ਉਹ ਤੋਂ ਪਹਿਲਾਂ ਜੀ ਆਪਣੇ ਕੋਲ ਹੈਗੀ ਹੈ ਮਲਾਈ, ਅਤੇ ਆਪਾਂ ਪਾਵਾਂਗੇ ਥੋੜ੍ਹੀ ਜਿਹੀ ਮਲਾਈ। ਇਹ ਮਲਾਈ ਮੇਰੇ ਕੋਲ ਫਰੈਸ਼ ਸੀ, ਜ਼ਰੂਰੀ ਨਹੀਂ ਕਿ ਫਰੈਸ਼ ਮਲਾਈ ਹੋਵੇ ਆਪਾਂ ਤਾਂ ਹੀ ਪਾ ਸਕਦੇ ਹਾਂ, ਅਤੇ ਆਪਣੇ ਕੋਲ ਜੇ 3-4 ਦਿਨ ਦੀ ਵੀ ਮਲਾਈ ਹੋਵੇ ਆਪਾਂ ਉਹ ਵੀ ਪਾ ਸਕਦੇ ਹਾਂ। ਅਤੇ ਮਲਾਈ ਨਾਲ ਵੀ ਇਹਦਾ ਟੇਸਟ ਬਹੁਤ ਵਧੀਆ ਬਣ ਜਾਂਦਾ, ਭੜਥਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ। ਅਤੇ ਮਲਾਈ ਤੋਂ ਬਾਅਦ ਇਹਨੂੰ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ। ਅਤੇ ਇਸ ਟਾਈਮ 'ਤੇ ਸੇਕਾ ਮੈਂ ਥੋੜ੍ਹਾ ਜਿਹਾ ਘਟਾਤਾ, ਕਿ ਮਲਾਈ ਫਿਰ ਇੱਕਦਮ ਨਾ ਘਿਓ ਵਾਂਗੂ ਨਾ ਬਣ ਜਾਵੇ। ਅਤੇ ਇਹਨੂੰ ਹੁਣ ਦੇਖੋ ਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਦੇਖੋ ਜੀ ਆਪਣੀ ਗ੍ਰੇਵੀ ਜੀ ਕਿੱਡੀ ਵਧੀਆ ਬਣ ਕੇ ਤਿਆਰ ਹੋਈ ਹੈ ਭੜਥੇ ਦੀ, ਕਲਰ ਵੀ ਕਿੱਡਾ ਸੋਹਣਾ ਲੱਗਦਾ ਪਿਆ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਉਬਲੇ ਹੋਏ ਬੈਂਗਣ,
ਬੈਂਗਣਾਂ ਨੂੰ ਜਦੋਂ ਮੈਂ ਉਬਾਲਣ ਲੱਗੇ ਬਸ ਥੋੜ੍ਹਾ ਜਿਹਾ ਲੂਣ ਪਾਤਾ ਸੀਗਾ ਅਤੇ ਇਹਨਾਂ ਨੂੰ ਬਸ ਥੋੜ੍ਹਾ ਜਿਹਾ ਕੜਛੀ ਨਾਲ ਮੈਂ ਮੈਸ਼ ਕਰ ਲਿਆ ਸੀ। ਬਾਕੀ ਜਦੋਂ ਆਪਾਂ ਹੁਣ ਇਹਨੂੰ ਮਤਲਬ ਗ੍ਰੇਵੀ ਦੇ ਵਿੱਚ ਪਾਵਾਂਗੇ ਤਾਂ ਇਹਨੂੰ ਚੰਗੀ ਤਰ੍ਹਾਂ ਇਹਨੇ ਮਿਕਸ ਹੋ ਜਾਣਾ। ਬੈਂਗਣ ਉੱਦਾਂ ਠੀਕ ਸੀਗੇ ਪਰ ਅੰਦਰੋਂ ਫਿਰ ਵੀ ਥੋੜ੍ਹਾ ਜਿਹਾ ਨਾ ਖਰਾਬ ਨਿਕਲੇ ਸੀ ਬੈਂਗਣ, ਅਤੇ ਇਸੇ ਕਰਕੇ ਮੈਂ ਭੁੰਨ ਕੇ ਨਹੀਂ ਬਣਾਉਂਦੀ ਹੁੰਦੀ। ਅਤੇ ਇੱਦਾਂ ਵੀ ਬਹੁਤ ਟੇਸਟੀ ਬਣਦਾ ਹੈ ਭੜਥਾ, ਸਾਨੂੰ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਜੀ ਇੱਦਾਂ ਵੀ। ਅਤੇ ਬਸ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਭੁੰਨ ਲਾਂਗੇ, ਮਤਲਬ ਚੰਗੀ ਤਰ੍ਹਾਂ ਇਹਨੂੰ ਖਲਕਾ ਲਾਂਗੇ। ਇਹਨੂੰ ਮੈਂ ਥੋੜ੍ਹਾ ਜਿਹਾ ਨਾ ਇੱਦਾਂ ਹੀ ਪਹਿਲਾਂ ਕੜਛੀ ਨਾਲ ਹਿਲਾ ਹਿਲਾ ਕੇ ਚੰਗੀ ਤਰ੍ਹਾਂ ਇਹਨੂੰ ਭੁੰਨ ਲਾਂਗੀ, ਅਤੇ ਉਸ ਤੋਂ ਬਾਅਦ ਫਿਰ ਇਹਨੂੰ ਮੈਂ 3-4 ਮਿੰਟ ਲਈ ਢੱਕ ਕੇ ਰੱਖ ਦਾਂਗੀ। ਅਤੇ ਮਟਰ ਵੀ ਆਪਣੇ ਬਹੁਤ ਵਧੀਆ ਗਲ ਗਏ ਨੇ, ਅਤੇ ਆਹ ਵੇਖੋ ਕਲਰ ਕਿੱਡਾ ਸੋਹਣਾ ਲੱਗਦਾ ਪਿਆ ਭੜਥੇ ਦਾ। ਅਤੇ ਹੈਗਾ ਜੀ ਸ਼ਾਮ ਦਾ ਟਾਈਮ, ਅਤੇ ਆਹ ਵੇਖੋ ਜੀ ਆਪਾਂ ਚੰਗੀ ਤਰ੍ਹਾਂ ਹੁਣ ਇਹਨੂੰ ਭੁੰਨਾਂਗੇ ਭੜਥੇ ਨੂੰ। ਅਤੇ ਆਹ ਵੇਖੋ ਜੀ ਆਪਾਂ ਥੋੜ੍ਹੀ ਦੇਰ ਲਈ ਇਹਨੂੰ ਫਿਰ ਢੱਕ ਕੇ ਵੀ ਰੱਖਿਆ ਸੀਗਾ, ਅਤੇ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ, ਚੰਗੀ ਤਰ੍ਹਾਂ ਇਹਨੂੰ ਕੜਛੀ ਨਾਲ ਹਿਲਾ ਲਾਂਗੇ, ਅਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨਾ ਭੁੰਨੀ ਜਾਵਾਂਗੇ। ਅਤੇ ਇਹਨੇ ਆਪਣਾ ਤੇਲ ਛੱਡਣਾ ਵੀ ਸ਼ੁਰੂ ਕਰਤਾ, ਅਤੇ ਬਹੁਤ ਹੀ ਵਧੀਆ। ਅਤੇ ਹੁਣ ਜੀ ਆਪਾਂ ਇਹਨੂੰ ਭੜਥੇ ਨੂੰ ਥੋੜ੍ਹੀ ਦੇਰ ਲਈ ਢੱਕ ਕੇ ਰੱਖਤਾ ਸੀਗਾ, ਅਤੇ ਭੜਥਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ, ਅਤੇ ਕਾਫੀ ਤੇਲ ਵੀ ਛੱਡਣਾ ਸ਼ੁਰੂ ਕਰਤਾ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੱਟਿਆ ਹੋਇਆ ਹਰਾ ਧਨੀਆ, ਅਤੇ ਹਰਾ ਧਨੀਆ ਨਾਲ ਵੀ ਇਹਨੂੰ ਬਹੁਤ ਹੀ ਟੇਸਟ ਵੀ ਵਧੀਆ ਬਣ ਜਾਂਦਾ। ਅੱਜ ਕੱਲ੍ਹ ਤਾਂ ਸਰਦੀਆਂ ਦਾ ਮੌਸਮ ਹੈ, ਹਰਾ ਧਨੀਆ ਤੋਂ ਬਿਨਾਂ ਤਾਂ ਕੋਈ ਸਬਜ਼ੀ ਬਣਦੀ ਨਹੀਂ ਹੈ, ਅਤੇ ਹਰਾ ਧਨੀਆ ਹੁਣ ਆਸਾਨੀ ਨਾਲ ਮਿਲ ਵੀ ਜਾਂਦਾ। ਅਤੇ ਆਪਾਂ ਜੀ ਹੁਣ ਧਨੀਆ ਪਾ ਦਾਂਗੇ ਇਹਦੇ 'ਤੇ, ਅਤੇ ਧਨੀਆ ਨਾਲ ਦੇਖੋ ਕਿੰਨਾ ਵਧੀਆ ਲੱਗ ਰਿਹਾ ਸੀ ਗ੍ਰੀਨ ਗ੍ਰੀਨ। ਅਤੇ ਹੁਣ ਆਪਾਂ ਜੀ ਇਹਦੀ ਕਰ ਲਈਏ ਪਲੇਟਿੰਗ, ਅਤੇ ਹੁਣ ਆਪਾਂ ਗਰਮ ਗਰਮ ਮੈਂ ਫੁਲਕੇ ਬਣਾ ਰਹੀ ਹਾਂ ਚੁੱਲ੍ਹੇ 'ਤੇ। ਅਤੇ ਆਪਾਂ ਜੀ ਹੁਣ ਕੌਲੀ ਦੇ ਵਿੱਚ ਕੱਢ ਲਿਆ ਹੋਇਆ ਭੜਥਾ ਖਾਣ ਵਾਸਤੇ, ਅਤੇ ਥੋੜ੍ਹਾ ਜਿਹਾ ਆਪਾਂ ਪਾਤਾ ਜੀ ਦੇਸੀ ਘਿਓ ਇਹਦੇ ਵਿੱਚ। ਅਤੇ ਦੇਸੀ ਘਿਓ ਪਾਉਣ ਤੋਂ ਬਾਅਦ ਜੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਭੜਥਾ। ਅਤੇ ਜੇ ਤੁਹਾਨੂੰ ਤੁਹਾਨੂੰ ਮੇਰੀ ਅੱਜ ਦੀ ਵੀਡੀਓਜ਼ ਪਸੰਦ ਆਈ ਹੋਵੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿੱਦਾਂ ਲੱਗੀ। ਅਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ।